ਜੋਗਨ ਕੀ ਗੱਲ ਹੈ, ਬੜਾ ਚੁੱਪ ਕਰਕੇ ਬੈਠਾ। ਨਹੀਂ ਬਾਬੀ, ਉਦਾਂ ਹੀ ਬੈਠਾ। ਨਹੀਂ ਦੱਸ ਦੇ ਕੀ ਗੱਲ। ਗੱਲ ਤਾਂ ਕੋਈ ਵੀ ਨਹੀਂ ਏਡੀ ਖਾਸ, ਜੋਤ ਦੇ ਪਹੁੰਚਣ ਦਾ ਟਾਈਮ ਹੋ ਗਿਆ ਵਾ। ਜੋਗਨ ਭਾਜੀ ਵੀ ਨਾ ਪੌੜੀਆਂ 'ਤੇ ਬੈਠੇ ਸੀ ਅਤੇ ਇਹੀ ਗੱਲ ਕਰਨ ਡੇ ਸੀ, ਕਹਿੰਦੇ ਮੰਮੀ ਡੈਡੀ ਉਹਦੇ ਸਾਈਡ 'ਤੇ ਲੈ ਗਏ ਉਹਨੂੰ, ਅਤੇ ਜਿਹੜੀ ਗੱਲ ਕਰਨੀ ਸਾਡੇ ਸਾਹਮਣੇ ਕਰ ਲੈਂਦੇ। ਉਹ ਜੋਗਨ ਵਾਲੇ ਵੇਖ ਲਓ, ਕੱਲ੍ਹ ਰਾਤ ਦਾ ਨਾ ਜੋਤ ਨੂੰ ਛੱਡ ਕੇ ਆਏ ਹਾਂ, ਕੱਲ੍ਹ ਰਾਤ ਅੱਜ ਸ਼ਾਮਾਂ 4 ਵੱਜ ਗਏ ਆ, ਕੱਖ ਨਹੀਂ ਉਹ ਖਾਧਾ ਨੇ। ਤਾਂ ਤੂੰ ਨਾ ਇੱਦਾਂ ਕਰ, ਇਹਨਾਂ ਦੇ ਜਿੰਨੇ ਵੀ ਨੰਬਰ ਹੈਗੇ ਆ ਨਾ ਸਾਰੇ ਬਲੌਕ ਕਰ ਦੇ। ਚੱਲ ਕੋਈ ਗੱਲ ਨੀ, ਉੱਥੇ ਪਹੁੰਚ ਕੇ ਵੇਖ ਲਈ ਜੇ ਕਰਨਾ ਹੋਊਗਾ ਤੇ। ਹਾਂਜੀ ਹਾਂਜੀ, ਤੇ ਜਿਹੜੀ ਗੱਲ ਮੈਂ ਸਮਝਾਈ ਤੈਨੂੰ ਚੇਤਾ ਵਾ ਨਾ? ਭਾਬੀ ਵੀ ਇੱਥੇ ਰਸੋਈ ਚ ਕਰਨੀ ਗੱਲ ਕੋਈ ਗੱਲ ਨੀ, ਮੈਂ ਆਵਾਜ਼ ਮਾਰਨਾ। ਰੁਪਿੰਦਰ ਓਏ ਗੱਲ ਸੁਣੀ ਆਣ ਕੇ। ਹਾਂਜੀ ਵਜਾ ਦੇਣ ਦੇ। ਆ ਲੈ ਜੋ ਤੇ ਕਰ ਲੈ ਗੱਲ, ਆ ਜੋ ਦਾ ਫੋਨ ਆਉਂ ਡਿਆ ਸੀ ਕਰ ਲੈ। ਅੱਛਾ ਅੱਛਾ, ਮੈਂ ਆ ਗਿਆ ਮਾੜਾ ਜਿਹਾ ਤੇ ਫੋਨ ਚਾਰਜ ਤੇ ਲਾ ਦੀ ਹੈ। ਠੀਕ। ਹੈਲੋ, ਸਤਿ ਸ਼੍ਰੀ ਅਕਾਲ ਬੋਤੀ ਜੀ। ਸਤਿ ਸ਼੍ਰੀ ਅਕਾਲ ਦੀਦੀ, ਹੋਰ ਸੁਣਾਓ ਕੀ ਹਾਲ ਚਾਲ ਆ? ਠੀਕ ਠਾਕ, ਵਧੀਆ, ਤੁਸੀਂ ਦੱਸੋ ਠੀਕ ਹੋ? ਵਧੀਆ ਵਧੀਆ ਠੀਕ ਆ। ਤੇ ਕਿਵੇਂ ਕਿੱਦਾਂ ਜਾਣਦੇ ਹਲੇ? ਹਾਂਜੀ, ਇਮੀਗ੍ਰੇਸ਼ਨ ਹੋ ਗਈ ਸੀ ਤੇ ਮੈਂ ਚੱਲ ਵੀਰ ਜੀ ਨੂੰ ਦੱਸਣਾ। ਅੱਛਾ, ਜਦੋਂ ਫਲਾਈਟ ਤੇ ਚੱਲੀ ਫਿਰ ਨੈਟਵਰਕ ਨਹੀਂ ਆਉਣਾ। ਚੱਲ ਚੱਲ, ਵਧੀਆ ਕੀਤਾ, ਮੇਰਾ ਵੀ ਧਿਆਨ ਸੀ, ਮੈਂ ਸੋ ਕਹਿਣ ਹੀ ਲੱਗੀ ਵੀਰ ਦੇ ਨੂੰ ਕਿ ਚੱਲ ਇੱਕ ਵਾਰ ਫੋਨ ਲਾ ਕੇ ਪੁੱਛਣ। ਹਾਂਜੀ, ਉਹ ਫਿਰ ਤੁਹਾਨੂੰ ਪਤਾ ਵਾ ਜਦੋਂ ਬੰਦਾ ਪਹਿਲੀ ਵਾਰੀ ਜਾਵੇ ਤੇ ਫਿਰ ਜ਼ਿਆਦਾ ਡਰਦਿਆ ਹੁੰਦਾ ਵਾ ਕਿ ਕਿੱਦਾਂ ਹੋਊਗਾ ਕਿੱਦਾਂ। ਬਾਕੀ ਇਹ ਆ ਵੀ ਸਾਰਾ ਵਧੀਆ ਹੋ ਗਿਆ, ਇਮੀਗ੍ਰੇਸ਼ਨ ਦਾ ਕੋਈ ਮੁਸ਼ਕਲ ਨਹੀਂ ਹੋਈ। ਨਹੀਂ ਨਹੀਂ, ਚੱਲ ਵਧੀਆ ਆ, ਮੈਨੂੰ ਦੱਸਿਆ ਹੋਊਗਾ ਨਾ। ਹਾਂ ਹਾਂ, ਟੈਨਸ਼ਨ ਨਾ ਲਊਗਾ। ਨਹੀਂ ਨਹੀਂ, ਚੱਲ ਬਹੁਤ ਵਧੀਆ ਵਾ, ਚੱਲ ਧਿਆਨ ਨਾਲ ਜਾਈ ਤੇ ਉੱਥੇ ਜਾ ਕੇ ਫੋਨ ਫਾਨ ਕਰੀ। ਹੈ ਹਾਂਜੀ ਹਾਂਜੀ ਭਾਬੀ ਜੀ, ਫੋਨ ਤੇ ਕਰਨਾ ਹੀ ਆ, ਤੁਹਾਨੂੰ ਪਤਾ ਮੇਰਾ ਜੀ ਕਿੱਦਾਂ ਲੱਗਣਾ ਹੈ। ਤੇ ਮੇਰੀ ਗੱਲ ਇੱਕ ਸੁਣ ਹੋਰ। ਹਾਂਜੀ, ਜਿਹੜੀ ਗੱਲ ਮੈਂ ਤੈਨੂੰ ਕਹੀ ਸੀ ਘਰੋਂ ਤੁਰਨ ਲੱਗਿਆ ਤੇ ਉਹਦਾ ਧਿਆਨ ਹੀ ਹੈ ਨਾ? ਹਾਂਜੀ ਹਾਂਜੀ ਭਾਬੀ ਜੀ, ਧਿਆਨ ਤੇ ਹੋਣਾ ਹੀ ਆ। ਤੁਸੀਂ ਆ ਜਿਹੜਾ ਮੈਨੂੰ ਇੱਕ ਚੰਗਾ ਸਮਝਾਉਂਦੇ ਆ। ਆਹੋ ਪਹਿਲਾਂ ਬਾਊ ਗੱਲ ਕੀ ਆ, ਹੁਣ ਵੀ ਉਹਨਾਂ ਨੇ ਵੀ ਕਿੰਨੀ ਖੇਚਲ ਕੀਤੀ ਆ, ਇੰਨੇ ਪੈਸੇ ਲਾਏ ਆ, ਤੇ ਉਹਨਾਂ ਦਾ ਵੀ ਹੁਣ ਨਾ ਤੇਰੇ ਵੱਲ ਹੀ ਧਿਆਨ ਵਾ, ਤੇ ਹੁਣ ਜਾਵੇ ਤੇ ਜੋਬਨ ਵੀਰ ਦਾ ਕੰਮ ਬਣਾ ਦੇਈਏ, ਠੀਕ ਆ? ਚਲੋ ਠੀਕ ਆ ਦੀਦੀ, ਹੁਣ ਨਾ ਉੱਥੇ ਪਹੁੰਚ ਕੇ ਤੇ ਫੋਨ ਲਾਇਓ। ਠੀਕ ਹੈ ਭਾਬੀ ਜੀ, ਫਿਰ ਮੈਂ ਰੱਖਦੀ ਹਾਂ। ਹਾਂ ਠੀਕ ਹੈ ਠੀਕ ਹੈ, ਮੇਰਾ ਉਹ ਧਿਆਨ ਦੇ ਨਾਲ ਹੈ। ਓਕੇ। ਚੱਲ ਸਮਝਾਉਣ ਤੇ ਬਥੇਰਾ ਦਈ ਆ ਵੀ ਜਾ ਕੇ ਨਾ, ਮਗਰ ਇਹਨਾਂ ਦਾ ਵੀ ਧਿਆਨ ਰੱਖੀ ਕਿਉਂਕਿ ਇਹਨਾਂ ਨੂੰ ਵੀ ਤੇਰੇ ਉੱਤੇ ਹੀ ਆਸ ਵਾ। ਹੁਣ ਪਤਾ ਨਹੀਂ ਉਹ ਵੀ ਕੀ ਕਰਦੀ ਆ ਤੇ ਕੀ ਨਹੀਂ ਕਰਦੀ, ਜੇ ਤੇ ਇਹਨਾਂ ਕੋਈ ਪੁੱਠੀ ਮੱਤ ਦੇ ਦਿੱਤੀ ਨਾ ਫਿਰ ਦਾ ਤਾਂ ਮੈਨੂੰ ਪਤਾ ਨਹੀਂ ਹੈ। ਚੱਲ ਦੇਖੀ ਜਾਊਗੀ। ਜੋਗਨ ਕੀ ਗੱਲ ਹੈ, ਬੜਾ ਚੁੱਪ ਕਰਕੇ ਬੈਠਾ। ਨਹੀਂ ਬਾਬੀ, ਉਦਾਂ ਹੀ ਬੈਠਾ। ਨਹੀਂ ਦੱਸ ਦੇ ਕੀ ਗੱਲ। ਗੱਲ ਤਾਂ ਕੋਈ ਵੀ ਨਹੀਂ ਖਾਸ, ਜੋਤ ਦੇ ਪਹੁੰਚਣ ਦਾ ਟਾਈਮ ਹੋ ਗਿਆ ਵਾ। ਅੱਛਾ, ਉਹਦਾ ਫੋਨ ਹੀ ਡਿੱਕਣ ਡਿਆ, ਮੈਂ ਚੱਲ ਇੱਕ ਵਾਰੀ ਫੋਨ ਕਰਦੇ ਨਾ,
ਤੇ ਫਿਰ ਯਾਰ ਟੈਨਸ਼ਨ ਫ੍ਰੀ ਹੋ ਜਾਵਾਂ ਮੈਂ ਵੀ। ਚੱਲ ਤੂੰ ਟੈਨਸ਼ਨ ਨਾ ਲੈ, ਜਾ ਕੇ ਆਪਣਾ ਕੰਮ ਵੇਖ, ਠੀਕ ਆ? ਨਾਲ ਤੇਰਾ ਵੀ ਮਨ ਲੱਗੂਗਾ, ਆਪੇ ਉਹਨੇ ਫੋਨ ਕਰ ਦੇਣਾ। ਫੋਨ ਤੇ ਭਾਬੀ ਕਰ ਦੇਣਾ, ਮਨ ਲੱਗੇ ਤੇ ਫੇਰ ਹੀ ਆ ਨਾ, ਮਨ ਲੱਗਣ ਨਹੀਂ ਲਿਆ ਕਿਸੇ ਕੰਮ 'ਚ। ਕੰਮ ਕਰੇਗਾ ਨਾ ਕੋਈ, ਆਪੇ ਮਨ ਲੱਗ ਜਾਣਾ ਹੌਲੀ ਹੌਲੀ। ਚਲੋ ਉੱਠ ਜਾ। ਭਾਬੀ ਜਦੋਂ ਆਪਾਂ ਏਅਰਪੋਰਟ 'ਤੇ ਗਏ ਸੀ ਨਾ, ਅੱਛਾ, ਜੋ ਉਹਦਾ ਡੈਡੀ, ਮੰਮੀ ਅਤੇ ਉਹਦਾ ਭਰਾ, ਭਾਬੀ ਉਹ ਤਿੰਨੇ ਜਣੇ ਨਾ ਉਹਨੂੰ ਕੁਝ ਸਿਖਾਉਣ ਡੇ ਸੀ। ਮੈਨੂੰ ਤਾਂ ਇਹ ਡਰ ਵਾ ਵੀ ਜੇ ਜੋਤ ਨੇ ਜਾ ਕੇ ਫੋਨ ਨਾ ਕੀਤਾ ਤਾਂ ਫਿਰ। ਚੱਲ ਜੋਬਨ, ਟੈਨਸ਼ਨ ਤਾਂ ਸਾਨੂੰ ਵੀ ਬਹੁਤ ਆ, ਪਰ ਅਸੀਂ ਹੁਣ ਕਿਹਨੂੰ ਦੱਸੀਏ? ਜੇ ਤੈਨੂੰ ਦੱਸਤਾ ਤੂੰ ਹੋਰ ਟੈਨਸ਼ਨ ਲੈ ਲੈਣੀ ਸੀ। ਚੱਲ ਕੋਈ ਗੱਲ ਨਹੀਂ, ਹੌਸਲਾ ਰੱਖ, ਜਾ ਕੇ ਤਾਂ ਆਪਣਾ ਕੰਮ ਕਰ। ਕੋਈ ਕੰਮ ਕੋਈ ਨਹੀਂ ਕਰਦਾ ਵਾ, ਮੈਂ ਤਾਂ ਇਹੋ ਡੀਕਣਾ, ਮੈਂ ਚੱਲ ਇੱਕ ਵਾਰੀ ਫੋਨ ਆ ਜੇ ਨਾ, ਫਿਰ ਤਾਂ ਕੋਈ ਗੱਲ ਨਹੀਂ। ਚੱਲ ਕੋਈ ਗੱਲ ਨਹੀਂ, ਆ ਜਾਂਦਾ ਫੋਨ ਵੀ ਆ ਜਾਂਦਾ ਵਾ। ਚੱਲ ਹੌਲੀ ਹੌਲੀ ਹੌਸਲਾ ਰੱਖ, ਚੱਲ ਜੋ। ਕੀ ਗੱਲ, ਕੀ ਗੱਲਾਂ ਕਰਦੇ ਹੋ? ਉਹ ਗੱਲਾਂ ਤਾਂ ਕੋਈ ਨਹੀਂ ਵੀਰ ਜੀ, ਜੋਤ ਦਾ ਫੋਨ ਹੀ ਡੀਕਣ ਡਿਆ ਵਾ। ਅੱਛਾ, ਮੈਂ ਇੱਕ ਵਾਰੀ ਫੋਨ ਕਰਦੇ ਨਾ, ਉਹਦੇ ਪਹੁੰਚਣ ਦਾ ਟਾਈਮ ਹੋ ਗਿਆ ਵਾ। ਮੈਂ ਸਮਝਾਉਣ ਦੀ ਟੈਨਸ਼ਨ ਲੈਣ ਡੇ ਆ। ਉਹ ਨਹੀਂ ਨਹੀਂ ਕੋਈ ਗੱਲ ਨਹੀਂ, ਆਏ ਨਾ ਫੋਨ, ਪਹੁੰਚ ਲੈਂਦੇ ਨਾ। ਪਹੁੰਚ ਹੀ ਜਾਣਾ, ਚਲੋ ਉਹਨੇ ਘੰਟੇ ਤੱਕ। ਅੱਛਾ, ਕੋਈ ਗੱਲ ਨਹੀਂ, ਆ ਜਾਂਦਾ ਫੋਨ, ਜੋ ਉਤਰੂਗੀ ਨਾ ਫਿਰ ਫੋਨ ਕਰ ਦੇਣਾ ਉਹਨੇ ਬਾਹਰ ਨਿਕਲ ਕੇ। ਮੈਨੂੰ ਤਾਂ ਨਾ ਕੰਮ ਅੱਧਾ ਅੱਧਾ ਹੀ ਲੱਗਣ ਡਿਆ ਵਾ, ਜੇ ਮੰਨ ਲਓ ਉਹਦਾ ਫੋਨ ਨਾ ਆਇਆ ਤਾਂ ਫਿਰ। ਚੱਲ ਇੱਦਾਂ ਨਹੀਂ ਸੋਚੀਦਾ ਜੋਬਨ, ਜੋਬਨ ਇੱਦਾਂ ਨਹੀਂ ਸੋਚੀਦਾ, ਜਿੱਦਾਂ ਫੋਨ ਆ ਜਾਣਾ ਵਾ। ਤੇਰੇ ਮਨ 'ਚ ਡਰ ਹੈਗਾ ਕੋਈ? ਕੀ ਗੱਲ, ਕੀ ਕੋਈ ਗੱਲ ਹੈਗੀ ਆ? ਨਹੀਂ ਡਰ ਤਾਂ ਕੋਈ ਨਹੀਂ ਗਾ, ਬਸ ਮੈਨੂੰ ਇਹ ਆ ਵੀ ਜਦੋਂ ਏਅਰਪੋਰਟ 'ਤੇ ਆਪਾਂ ਗਏ ਸੀ ਨਾ, ਮੈਂ ਅੱਗੇ ਭਾਬੀ ਨੂੰ ਵੀ ਦੱਸਣ ਡਿਆ ਸੀ। ਅੱਛਾ, ਅਤੇ ਉੱਥੇ ਨਾ ਉਹ ਤਿੰਨੇ ਜਣੇ ਉਹਦੇ ਘਰ ਦੇ ਨਾ ਉਹਦੇ ਲਾਗੇ ਖਲੋਤੇ ਸੀ ਅਤੇ ਗੱਲਬਾਤ ਕਰਦੇ ਸੀ ਕੋਈ। ਅੱਛਾ, ਪਤਾ ਨਹੀਂ ਮੈਨੂੰ ਕਿਉਂ ਚੰਗਾ ਜਿਹਾ ਨਹੀਂ ਲੱਗਾ ਕੰਮ, ਵੀ ਜੇ ਕੋਈ ਗੱਲ ਕਰਨੀ ਸਾਡੇ ਸਾਹਮਣੇ ਕਰ ਲਓ, ਸਾਈਡ 'ਤੇ ਖੜਨ ਦੀ ਕੀ ਲੋੜ ਆ? ਪਤਾ ਨਹੀਂ ਕੀ ਸਮਝਾਉਂਦੇ ਹੋਣੇ, ਤੁਹਾਨੂੰ ਨਹੀਂ ਪਤਾ ਹੁਣ ਉਹਨਾਂ ਦੀ ਗੱਲ ਵਾ। ਇੱਥੇ ਵੀ ਬਥੇਰਾ ਕੁਛ ਕਰਦੇ ਰਹੇ ਆ, ਕੀ ਪਤਾ ਹੁਣ ਕੀ ਕਰਨਾ ਉਹਨਾਂ ਨੇ। ਉਹ ਕੋਈ ਗੱਲ ਨਹੀਂ, ਫੋਨ ਆ ਜਾਣਾ, ਫੋਨ ਦੇਖ ਲੈਂਦੇ ਹਾਂ, ਸ਼ਾਮਾਂ ਤੱਕ ਫੋਨ ਆ ਜਾਊਗਾ, ਕੋਈ ਗੱਲ ਨਹੀਂ, ਟੈਨਸ਼ਨ ਨਾ ਲੈ ਤੂੰ। ਜੋਤ ਦੀ ਤਾਂ ਟੈਨਸ਼ਨ ਜਿਹੜੀ ਹੈਗੀ ਹੈਗੀ ਆ, ਮੰਮੀ ਅਤੇ ਡੈਡੀ ਦੀ ਮੈਨੂੰ ਵੱਧ ਟੈਨਸ਼ਨ ਵਾ, ਪਿੰਡ ਵਾਲੇ ਲੋਕਾਂ ਦੀ ਵੱਧ ਟੈਨਸ਼ਨ। ਜੇ ਮੈਨੂੰ ਮੰਨ ਲਓ ਉਹਨੇ ਨਾ ਉੱਥੇ ਖੜਿਆ ਵਾਪਸ ਬਾਹਰ, ਅਤੇ ਇਹਨਾਂ ਦੀਆਂ ਗੱਲਾਂ ਕਿੱਦਾਂ ਸੁਣਨੀਆਂ ਮੈਂ? ਉਹ ਕੋਈ ਗੱਲ ਨਹੀਂ ਜੋਬਨ, ਜੋ ਹੋਣਾ ਨਾ ਉਹ ਤਾਂ ਹੋਣਾ ਹੀ ਆ, ਜੇ ਫੋਨ ਆ ਗਿਆ ਨਾ ਫਿਰ ਤੈਨੂੰ ਪਤਾ ਲੱਗ ਹੀ ਜਾਣਾ ਤੈਨੂੰ। ਚਲੋ ਕੋਈ ਨਹੀਂ, ਕੰਮ ਕਰ ਜਾ, ਕੋਈ ਗੱਲ ਨਹੀਂ। ਕੀ ਕਰੀਏ, ਟੈਨਸ਼ਨ ਤਾਂ ਸਾਨੂੰ ਵੀ ਬੜੀ ਆ, ਜਿੰਨਾ ਚਿਰ ਫੋਨ ਨਾ ਆਊਗਾ ਉਨਾ ਚਿਰ ਕੀ ਪਤਾ ਲੱਗੂਗਾ ਉਹਦਾ। ਉਹ ਜੋਬਨ ਵੀ ਸੱਚਾ ਵਾ, ਲੋਕ ਗੱਲਾਂ ਬੜੀਆਂ ਕਰਦੇ ਆ, ਅਸੀਂ ਤਾਂ ਸਾਰਾ ਕੁਝ ਵੇਚ ਕੇ ਤੇ ਉਹਨੂੰ ਭੇਜਿਆ ਵਾ। ਕੀ ਚੱਲ ਕੋਈ ਗੱਲ ਨਹੀਂ, ਮੰਮੀ ਵੀ ਨਾ ਬੜੀਆਂ ਗੱਲਾਂ ਕਰਦੇ ਆ ਉਹਨੂੰ, ਉਹ ਟੈਨਸ਼ਨ ਲੈਂਦਾ ਵਾ। ਤੇ ਜੇ ਹੁਣ ਮੰਮੀ ਨੂੰ ਪਤਾ ਲੱਗਾ ਤੇ ਮੰਮੀ ਨੇ ਵੀ ਟੈਨਸ਼ਨ ਲੈਣੀ, ਡੈਡੀ ਨੇ ਵੱਖ ਟੈਨਸ਼ਨ ਲੈਣੀ, ਅੱਗੇ ਸਾਨੂੰ ਟੈਨਸ਼ਨਾਂ ਘੱਟ ਹੀ। ਕੀ ਪਤਾ ਉਹਦਾ ਟੈਨਸ਼ਨ ਲਈ ਜਾਣ ਡਿਓ ਵਾ। ਚਲੋ ਹੁਣ ਰੱਬ ਰੱਬ ਕਰੋ, ਟੈਨਸ਼ਨ ਨਾ ਲਓ, ਠੀਕ ਆ? ਜਾਓ ਤੁਸੀਂ ਵੇਖੋ ਕੋਈ ਕੰਮ, ਠੀਕ ਆ? ਕੋਈ ਗੱਲ ਨਹੀਂ, ਜਾਣਾ ਉਹਦੇ ਮਗਰ ਮੈਂ ਸਮਝਾਉਣਾ ਨਾ ਜਾਣਾ। ਹਾਂਜੀ ਹਾਂਜੀ, ਹੈ ਨਾ, ਚਲ ਜਾਓ। ਸਾਰੇ ਨਾ ਡਰਦੇ ਫਿਰਨ ਡੇ ਆ, ਡਰ ਵੀ ਸਾਰਿਆਂ ਦਾ ਸੱਚਾ ਹੀ ਆ, ਇਹ ਤਾਂ ਹੁਣ ਜੋਤ ਦੇ ਹੱਥ ਵੱਸ ਹੀ ਆ। ਚਲੋ ਹੁਣ ਵੇਖੀ ਜਾਊਗੀ। ਸੰਦੀਪ। ਹਾਂਜੀ ਮੰਮੀ ਜੀ। ਮੈਨੂੰ ਤਾਂ ਪੁੱਤ ਫਿਕਰ ਜਿਹੀ ਲੱਗੀ ਆ। ਮੰਮੀ ਕੀ ਦੱਸਾਂ, ਫਿਕਰ ਤਾਂ ਸਾਨੂੰ ਵੀ ਬੜੀ ਆ, ਕੀ ਕਰੀਏ, ਹਜੇ ਤੱਕ ਫੋਨ ਵੀ ਨਹੀਂ ਆਇਆ ਉਹਦਾ। ਕਿਰਤਾ ਫੋਨ ਉਹਨੇ ਕਰਨਾ ਵੀ ਆ ਕਿ ਨਹੀਂ? ਮਾਂ ਪਿਓ ਇੱਕ ਪਾਸੇ ਲੈ ਗਏ ਸੀ, ਕਿਰਤਾ ਕਿਹੜੀ ਸਿੱਖਿਆ ਦੇਣ ਡੇ ਸੀਗੇ? ਕਿਹੜੀ ਗੱਲ ਕਰਨੀ ਆ ਸਾਡੇ ਹੁੰਦਿਆਂ ਕਰੋ, ਸਾਡੇ ਦਿਲ ਵਿੱਚ ਵੀ ਕੋਈ ਗੱਲ ਨਾ ਹੋਵੇ। ਮੈਂ ਤਾਂ ਮੰਮੀ ਜੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਕੁਝ ਨਾ ਕੁਝ ਹੈਗਾ ਵਾ ਜ਼ਰੂਰ ਇਹਨਾਂ ਦੇ ਮਨ 'ਚ। ਜੇ ਉਹਨਾਂ ਦੇ ਦਿਲ ਵਿੱਚ ਬੇਈਮਾਨੀ ਹੈਗੀ ਆ ਤਾਂ ਹੀ ਸਾਡੇ ਲਾਗੋਂ ਉਹਨੂੰ ਕੁੜੀ ਨੂੰ ਪਰਾਂ ਲੈ ਗਏ ਸੀ ਨਾ। ਅਤੇ ਗੱਲ ਸੁਣ ਇੱਕ ਮਿੰਟ, ਅਤੇ ਜੇ ਨਹੀਂ ਸੀ ਦਿਲ ਵਿੱਚ ਕੋਈ ਗੱਲ ਹੈਗੀ, ਸਾਹਮਣੇ ਸਾਰੀ ਗੱਲ ਕਰਦੀ, ਸਾਨੂੰ ਵੀ ਪਤਾ ਲੱਗਦਾ। ਫਿਕਰ ਜਿਹਾ ਤਾਂ ਮੈਨੂੰ ਬੜਾ ਵਾ,
ਨਾ ਤਾਂ ਰੋਟੀ ਨੂੰ ਜੀ ਕਰਨ ਡਿਆ ਅਤੇ ਨਾ ਚਾਹ ਨੂੰ ਜੀ ਕਰਨ ਡਿਆ, ਕੀ ਕਰਾਂ ਮੈਂ? ਹਜੇ ਜੋਬਨ ਦਾ ਪਤਾ ਨਹੀਂ ਕੀ ਬਣਨਾ ਵਾ, ਉਹਨੇ ਵੀ ਟੈਨਸ਼ਨ ਲੈਣੀ ਵੱਖ। ਟੈਨਸ਼ਨ ਤਾਂ ਪੁੱਤ ਹੈਗੀ ਆ, ਅੱਗੇ ਵੀ ਸਾਨੂੰ ਇਹੀ ਟੈਨਸ਼ਨ ਸੀ, ਵਿਆਹ ਕਰਤਾ ਹੁਣ ਵੀ ਸਾਨੂੰ ਇਹੀ ਟੈਨਸ਼ਨ ਵਾ। ਜੋਬਨ ਭਾਅ ਜੀ ਵੀ ਨਾ ਪੌੜੀਆਂ 'ਤੇ ਬੈਠੇ ਸੀ ਅਤੇ ਇਹੀ ਗੱਲ ਕਰਨ ਡੇ ਸੀ, ਕਹਿੰਦੇ ਮੰਮੀ ਡੈਡੀ ਉਹਦੇ ਸਾਈਡ 'ਤੇ ਲੈ ਗਏ ਉਹਨੂੰ, ਅਤੇ ਜਿਹੜੀ ਗੱਲ ਕਰਨੀ ਸਾਡੇ ਸਾਹਮਣੇ ਕਰ ਲੈਂਦੇ। ਉੱਦਾਂ ਨੇ ਵੱਖ ਟੈਨਸ਼ਨ, ਜਿੱਦਣ ਆਏ ਸੀਗੇ ਅਤੇ ਮੈਂ ਤਾਂ ਉੱਦਾਂ ਸਸਰੀ ਤੌਰ ਹੀ ਗੱਲ ਕੀਤੀ ਵੀ ਚੱਲ ਜੇ ਇਕੱਠੇ ਚੱਲ ਜਾਂਦੇ ਤਾਂ ਵਧੀਆ ਹੋ ਜਾਂਦਾ। ਪੁੱਤ ਮੈਂ ਤਾਂ ਕਿਹਾ ਸੀਗਾ ਵੀ ਚੱਲ ਇਕੱਠੇ ਜਾਣਗੇ ਤਾਂ ਉਹ ਕੰਮ ਕਰੂਗਾ, ਇਹ ਕੰਮ 'ਤੇ ਨਾ ਜਾਇਆ ਕਰੂਗੀ, ਆਪਣੀ ਪੜ੍ਹਾਈ ਪੂਰੀ ਕਰ ਲੂਗੀ। ਪਰ ਮਾਂ ਉਹਦੀ ਵੇਖਿਆ ਕਿੱਦਾਂ ਤਾੜ ਤਾੜ ਗਾੜੀ ਜਵਾਬ ਦਿੰਦੀ ਸੀ, ਇਹਨਾਂ ਦੀ ਸਾਰਿਆਂ ਦੀ ਰਲੀ ਭੁਗਤੀ ਆ, ਸਾਰਾ ਟੱਬਰ ਇੱਕੋ ਗੱਲ ਕਰਦਾ, ਇੱਕੋ ਗੱਲ ਹੀ ਕਰਦਾ ਵਾ। ਚੱਲ ਜਿੰਨਾ ਚਿਰ ਨਾ ਜੋਬਨ ਨਹੀਂ ਨਾ ਜਾਂਦਾ ਉਨਾ ਚਿਰ 'ਤੇ ਨਾ ਮੈਨੂੰ ਚੈਨ ਨਹੀਂ ਆਉਂਦਾ, ਟਕਾਈ ਨਹੀਂ ਮਿਲ ਰਹੀ। ਜੇ ਬਾਹਰ ਜਾਵਾਂਗੇ ਲੋਕਾਂ ਗੱਲਾਂ ਕਰਨੀਆਂ ਅਤੇ ਕਿੱਲਾ ਵੀ ਵੇਚਿਆ ਅਤੇ ਮੁੰਡਾ ਤਾਂ ਇੱਥੇ ਤੁਰਿਆ ਫਿਰਨ ਡਿਆ, ਬਗਾਨੀ ਧੀ ਇਕੱਲੀ ਆ ਨਾ। ਹਾਂਜੀ, ਲੋਕ ਤਾਂ ਅੱਗੇ ਬੜੀਆਂ ਗੱਲਾਂ ਕਰਦੇ ਆ, ਕਰਦੇ ਤਾਂ ਹੈਗੇ, ਕੀ ਕਰੀਏ? ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਇਹਨਾਂ ਨੂੰ ਰਿਸ਼ਤੇਦਾਰ ਕਿੱਦਾਂ ਦੇ ਟੱਕਰੇ ਆ, ਕਿੱਦਾਂ ਆਣ ਕੇ ਇੱਥੇ ਬੋਲਦੇ ਹੁੰਦੇ ਸੀਗੇ, ਕੰਧ ਦੇ ਨਾਲ ਕੰਧ ਸਾਂਝੀ ਆ, ਲੋਕ ਕੰਨ ਲਾ ਲਾ ਕੇ ਸੁਣਦੇ ਆ ਵੀ ਇਹਨਾਂ ਦੇ ਘਰ ਕੀ ਗੱਲਾਂ ਹੋਣ ਡੀਆਂ ਵਾ। ਮੈਨੂੰ ਤਾਂ ਸ਼ਰਮ ਆਉਂਦੀ ਆ, ਮੈਂ ਤਾਂ ਬਾਹਰ ਨਹੀਂ ਨਿਕਲਦੀ ਵੀ ਲੋਕ ਮੂੰਹ 'ਤੇ ਗੱਲਾਂ ਕਰਦੇ ਆ, ਇੰਨੀ ਸ਼ਰਮ ਵੀ ਨਹੀਂ ਕਰਦੇ ਵੀ ਚੱਲ ਨਹੁੰ ਗਈ ਆ ਤਾਂ ਪੁੱਤ ਨੂੰ ਆਪੇ ਸੱਦ ਲਊਗੀ ਨਾ। ਮੰਮੀ ਹੁਣ ਅੱਗੇ ਤਾਂ ਪਤਾ ਨਹੀਂ ਕੀ ਹੋਣਾ ਵਾ, ਅਤੇ ਤੁਸੀਂ ਜੋਬਨ ਭਾਅ ਜੀ ਨੂੰ ਕੁਛ ਨਹੀਂ ਕਹਿਣਾ, ਠੀਕ ਆ ਨਾ? ਉਹ ਤਾਂ ਅੱਗੇ ਬੜੀ ਟੈਨਸ਼ਨ ਲੈਣ ਡੇ ਆ, ਹੋਰ ਟੈਨਸ਼ਨ ਦੇ ਵਿੱਚ ਕਿਤੇ ਐਵੇਂ ਬਿਮਾਰ ਨਾ ਹੋ ਜਾਣਾ। ਸੰਦੀਪ ਮੇਰੀ ਗੱਲ ਸੁਣ, ਮੈਂ ਜੋਬਨ ਨੂੰ ਕੀ ਦੋਸ਼ ਦੇਣਾ ਵਾ, ਆਪਣੇ ਹੱਥੀਂ ਤਾਂ ਮੈਂ ਸਾਰੇ ਕੰਮ ਕੀਤੇ ਵੀ ਕੁੜੀ ਵੀ ਇੱਦਾਂ ਲੱਭੀ ਵੀ ਉਹਨੇ ਆਈਲੈਟਸ ਕੀਤੀ ਹੋਊ ਤਾਂ ਜੋਬਨ ਨੂੰ ਬਾਹਰ ਲੈ ਜੂ, ਮਰਜ਼ੀ ਮੈਂ ਆਪਣੀ ਕੀਤੀ ਆ, ਉਹਨੂੰ ਮੈਂ ਕੀ ਕਹਿਣਾ ਵਾ? ਮੈਨੂੰ ਤਾਂ ਹੋਰ ਤਰ੍ਹਾਂ ਹੁੰਦਾ ਜੇ ਦੋਧਿਆਲ ਵਹਿੰਦੀ ਹਾਂ। ਅਸੀਂ ਤਾਂ ਚਲੋ ਇਹੀ ਸੋਚਿਆ ਕਿ ਚੱਲ ਦੋਵੇਂ ਜਾਣੇ ਚੱਲ ਜਾਣਗੇ ਇਕੱਠੇ, ਸਾਨੂੰ ਕੀ ਪਤਾ ਹੋਣੀ ਆ ਕੰਮ ਬਣਨਾ ਇਹਨਾਂ ਨਾਲ। ਚੱਲ ਕੋਈ ਗੱਲ ਨਹੀਂ ਪੁੱਤ, ਜੋ ਸਾਡੇ ਕਰਮਾਂ 'ਚ ਹੋਇਆ ਉਹ ਮਿਲ ਹੀ ਜਾਣਾ ਵਾ, ਗਾੜੀ ਵੇਖੀ ਜਾਊ, ਜੋ ਕਰੂ ਮਹਾਰਾਜ ਵਧੀਆ ਹੀ ਕਰੂਗਾ। ਸੰਦੀਪ ਲੋਕਾਂ ਦੇ ਬੱਚੇ ਬਾਹਰ ਜਾਂਦੇ ਆ ਨਾ, ਕਿੱਦਾਂ ਖੁਸ਼ੀ ਹੁੰਦੀ ਆ ਘਰ ਵਿੱਚ ਵੀ ਸਾਡਾ ਬੱਚਾ ਬਾਹਰ ਗਿਆ ਵਾ। ਜੋਤ ਬਾਹਰ ਗਈ ਆ ਨਾ, ਸਾਡੇ ਘਰ ਮਾਸਾ ਖੁਸ਼ੀ ਨਹੀਂ ਗੀ। ਸਾਨੂੰ ਤਾਂ ਇਹ ਆ ਵੀ ਹੋਰ ਘੜੀ ਨੂੰ ਪਤਾ ਨਹੀਂ ਕੀ ਫੋਨ ਆ ਜਾਣਾ ਵਾ, ਇਹ ਤਾਂ ਪਿਓ ਦੇ ਨੇ ਇਹੋ ਹੀ ਨਹੀਂ ਕਹਿ ਦੇਣਾ ਵੀ ਉੱਥੇ ਪਹੁੰਚੀ ਨਹੀਂ ਗੀ, ਆਹ ਹੋ ਗਿਆ ਉਹ ਹੋ ਗਿਆ। ਮੈਨੂੰ ਤਾਂ ਪਤਾ ਵਾ ਸੱਤ ਪੱਤਨ ਤਰਿਆ ਵਾ ਉਹਦਾ ਪਿਓ, ਬੜਾ ਤੇਜ਼ ਤਰਾੜ ਵਾ, ਤਾਂ ਕਰਕੇ ਆਪਣੇ ਹੱਥੇ ਉਹਨੇ ਏਜੰਟ ਕੀਤਾ ਸੀਗਾ, ਸਾਡੀ ਤਾਂ ਗੱਲ ਉਹਨੇ ਸੁਣੀ ਨਹੀਂ ਗੀ। ਚੱਲ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਅਤੇ ਖੁਸ਼ ਖੁਸ਼ ਰਹੋ, ਉਹਦੇ ਸਾਹਮਣੇ ਵੀ ਉਹਨੂੰ ਮਹਿਸੂਸ ਨਾ ਹੋਵੇ ਕੁਝ ਵੀ। ਧੀਏ ਜਦੋਂ ਪੈਲੀ ਵੇਚ ਕੇ 5 ਰੁਪਈਆਂ ਦੀ ਦਿੱਤੀ ਹੋਵੇ ਨਾ, ਖੁਸ਼ ਕਿੱਥੇ ਰਿਹਾ ਜਾਂਦਾ ਵਾ। ਚਲੋ ਮੰਮੀ ਜੀ ਮੈਂ ਮੰਨਦੀ ਹਾਂ ਟੈਨਸ਼ਨ ਤਾਂ ਹੁੰਦੀ ਆ, ਪਰ ਫਿਰ ਕੀ ਕਰ ਲੈਣਾ ਹੁਣ, ਜਿੰਨਾ ਚਿਰ ਫੋਨ ਨਹੀਂ ਆਉਂਦਾ ਉਨਾ ਚਿਰ ਅਸੀਂ ਕੁਝ ਨਹੀਂ ਕਰ ਸਕਦੇ। ਚਲੋ ਵੇਖੀ ਜਾਊਗੀ, ਜੋ ਮਹਾਰਾਜ ਕਰੂ ਵਧੀਆ ਹੀ ਕਰੂ। ਅਤੇ ਡੈਡੀ ਕਿੱਥੇ ਗਏ? ਡੈਡੀ ਬਾਹਰ ਬੰਬੀ ਵੱਲ ਨੂੰ ਚਲ ਗਏ ਹੋਣੇ ਆ, ਘਰ ਦੇ ਦਿਲ ਨਹੀਂ ਲੱਗਣ ਡਿਆ ਤਾਂ ਕੀ ਕਰਨਾ ਵੀ, ਟੈਨਸ਼ਨ ਲੈਣ ਡੇ ਆ। ਚਲੋ ਕੋਈ ਗੱਲ ਨਹੀਂ, ਮੈਂ ਕਰਾਂ ਵੇਖਾਂ ਫਿਰ, ਕੋਈ ਵੇਖ ਲਾ ਤੂੰ ਕੰਮ ਕਰੀ। ਗੱਲ ਤਾਂ ਸੰਦੀਪ ਦੀ ਵੀ ਠੀਕ ਆ, ਜੋਬਨ ਨੂੰ ਮੈਂ ਕੀ ਕਹਿਣਾ ਵਾ, ਜੇ ਤਾਂ ਉਹਨੇ ਆਪਣੀ ਮਰਜ਼ੀ ਨਾਲ ਕੀਤਾ ਹੋਵੇ ਫਿਰ ਤਾਂ ਮੈਂ ਕਹਿੰਦੀ ਵੀ ਚੰਗੀ ਲੱਗਦੀ ਹਾਂ, ਸਾਰੇ ਕੰਮ ਤਾਂ ਮੇਰੇ ਹੱਥੀਂ ਕੀਤੇ ਆ, ਜਿੱਦਾਂ ਮੈਂ ਕਹਿੰਦੀ ਰਹੀ ਹਾਂ ਉੱਦਾਂ ਹੀ ਮੰਨਦਾ ਰਿਹਾ ਵਾ। ਜਦੋਂ ਹੁਣ ਉਹਦੇ ਵੱਲ ਵਹਿੰਦੀ ਹਾਂ ਹੋਰ ਤਰ੍ਹਾਂ ਹੁੰਦਾ ਵਾ, ਪਰ ਇੱਕ ਗੱਲ ਵਾ ਜੇ ਸੱਦ ਲਏ ਨਾ ਤਾਂ ਬੜਾ ਵਧੀਆ ਹੋ ਜੇ, ਅਤੇ ਜੇ ਕਿਤੇ ਉਹਨੇ ਨਾ ਨਾ ਸੱਦਿਆ ਤਾਂ ਸਾਡੇ ਘਰ ਦਾ ਬਹੁਤ ਮਾੜਾ ਹਾਲ ਹੋ ਜਾਣਾ ਵਾ, ਅਤੇ ਅਸੀਂ ਨਾ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ, ਫਿਕਰ ਹੀ ਵੱਢ ਵੱਢ ਖਾਈ ਜਾਣ ਡਿਆ ਤਰ੍ਹਾਂ। ਭਾਬੀ ਕਹਿਣ ਤਾਂ ਡਏ ਆ ਵੀ ਸਭ ਕੁਝ ਠੀਕ ਹੀ ਹੋਊਗਾ, ਪਰ ਪਤਾ ਨਹੀਂ ਕਿਉਂ ਦਿਲ 'ਚ ਇੰਨਾ ਡਰ ਵਾ ਨਾ। ਦੋਵਾਂ ਦਿਨਾਂ ਘੰਟਿਆਂ ਦੀ ਗੱਲ ਆ ਸਾਰੀ, ਅਤੇ ਜੋਤ ਨੇ ਉੱਥੇ ਪਹੁੰਚ ਜਾਣਾ ਵਾ, ਅਤੇ ਇੰਨੇ 'ਚ ਮੇਰੀ ਜ਼ਿੰਦਗੀ ਦਾ ਫੈਸਲਾ ਹੋ ਜਾਣਾ ਵੀ ਗਾਂਹ ਕੀ ਬਣਦਾ ਵਾ।
ਮੈਂ ਤਾਂ ਰੱਬਾ ਇੱਕੋ ਹੀ ਅਰਦਾਸ ਕਰਨ ਡਿਆ ਤੇਰੇ ਅੱਗੇ ਵੀ ਬਸ ਜਾ ਕੇ ਜੋਤ ਇੱਕ ਵਾਰੀ ਫੋਨ ਕਰ ਦੇ ਅਤੇ ਬਸ ਇਹ ਕਹਿ ਦੇ ਵੀ ਸਭ ਕੁਝ ਠੀਕ ਠਾਕ ਆ ਅਤੇ ਜੇ ਫੋਨ ਨਾ ਆਇਆ ਤਾਂ ਫਿਰ ਬੜਾ ਘਾਟਾ ਹੋਣਾ ਪੈਸੇ ਵੀ ਜਾਂਦੇ ਰਹਿਣੇ ਆ ਅਤੇ ਈਤ ਵੀ ਜਾਂਦੀ ਰਹਿਣੀ ਆ ਕੀ ਕਰਾਂ ਸਮਝ ਨਹੀਂ ਆਉਂਦੀ ਯਾਰ ਜੀ ਉਹ ਜੋਬਨ ਵਾਲੇ ਵੇਖ ਲਓ ਕੱਲ੍ਹ ਰਾਤ ਦਾ ਨਾ ਜੋਤ ਨੂੰ ਛੱਡ ਕੇ ਆਏ ਹਾਂ ਕੱਲ੍ਹ ਰਾਤ ਅਤੇ ਅੱਜ ਸ਼ਾਮਾਂ 4 ਵੱਜ ਗਏ ਆ ਕੱਖ ਨਹੀਂ ਉਹ ਖਾਧਾ ਇਹਨੇ ਪੁੱਤ ਫਿਕਰ ਵੀ ਹੁੰਦਾ ਹੀ ਆ ਦਲਜੀਤ ਟੈਨਸ਼ਨ ਜ਼ਿਆਦਾ ਲੈਣ ਡਿਆ ਟੈਨਸ਼ਨ ਤਾਂ ਲੈਣ ਡਿਆ ਵਾ ਮੈਨੂੰ ਤਾਂ ਆਪ ਬੜੀ ਟੈਨਸ਼ਨ ਵਾ ਵੀ ਪੈੜੀ ਵੀ ਵੇਗੀ ਆ ਕਈ ਕੁਛ ਹੋ ਗਿਆ ਵਾ ਹੁਣ ਜੇ ਨਾ ਕਦੇ ਇਹਨੂੰ ਫੋਨ ਫਾਨ ਆਇਆ ਡਰਦਾ ਪਤਾ ਕਿਉਂ ਲੋਕਾਂ ਨੇ ਗੱਲਾਂ ਬੜੀਆਂ ਕਰਨੀਆਂ ਗੱਲ ਤਾਂ ਹੈ ਤਾਂ ਸੱਚੀ ਆ ਚਲੋ ਕੋਈ ਨਹੀਂ ਅਜੇ ਵੇਖੋ ਤਾਂ ਸਹੀ ਉੱਥੇ ਪਹੁੰਚ ਕੇ ਕਰਦੀ ਆ ਕਿ ਨਹੀਂ ਅੰਦਰ ਬੈਠਾ ਸੀ ਭਾਬੀ ਆਪਣੀ ਨੂੰ ਵੀ ਕਹਿਣ ਡਿਆ ਕਹਿੰਦਾ ਫੋਨ ਨਹੀਂ ਆਇਆ ਜੇ ਮੈਨੂੰ ਉਹ ਪੁੱਤ ਫੋਨ ਕੀ ਆਉਣਾ ਵਾ ਉਹਨੂੰ ਫਿਕਰ ਇੱਕ ਥੋੜ੍ਹਾ ਵਾ ਇੱਕ ਤਾਂ ਹੁਣ ਕਿੱਡਾ ਵਿਕ ਗਿਆ ਉਹਦੇ ਹਿੱਸੇ ਦਾ ਜੇ ਭਲਕੇ ਤੁਸੀਂ ਅੱਡ ਹੋਏ ਤਾਂ ਉਹਦੇ ਹਿੱਸੇ ਦਾ ਤਾਂ ਗਿਆ ਨਾ ਚੱਲ ਡੈਡੀ ਮੈਂ ਇੱਦਾਂ ਦੀ ਗੱਲ ਸੋਚਦਾ ਨਹੀਂ ਇਹ ਜਨਾਨੀਆਂ ਇਹੋ ਜਿਹੀਆਂ ਗੱਲਾਂ ਕਰਦੀਆਂ ਵਾ ਕੋਈ ਗੱਲ ਨਹੀਂ ਅੱਧਾ ਅੱਧਾ ਕਰਾਂਗੇ ਕੋਈ ਗੱਲ ਵਿਕ ਵੀ ਗਿਆ ਫਿਰ ਕੀ ਹੋ ਗਿਆ ਪਰ ਕਸੂਰ ਉਹਦਾ ਵੀ ਕੀ ਆ ਉਹ ਤਾਂ ਹੁਣ ਬਥੇਰੀ ਤੁਸੀਂ ਦੌੜ ਭੱਜ ਕੀਤੀ ਆ ਹੁਣ ਉਹ ਜਾਂਦੀ ਆ ਉੱਥੇ ਤਾਂ ਵੇਖਦੇ ਹਾਂ ਭਲਾ ਫੋਨ ਕਰਦੀ ਆ ਕਿ ਨਹੀਂ ਕਰਦੀ ਸਮਝਾਇਆ ਜਾ ਕੇ ਮੈਂ ਵੀ ਗਿਆ ਲੱਗ ਗਿਆ ਫਿਰ ਬਾਅਦ 'ਚੋਂ ਮੈਂ ਕੋਈ ਗੱਲ ਨਹੀਂ ਫੋਨ ਆ ਜੂਗਾ ਅਸੀਂ ਪਹੁੰਚ ਲੈਣ ਦੇ ਅੱਛਾ ਅਜੇ ਤਾਂ ਕਹਿੰਦੇ 5 ਵਜੇ ਪਹੁੰਚਣਾ ਮੇਰੇ ਸਾਨੂੰ ਉੱਥੇ ਉਹਨੇ ਆਹੋ ਤਾਂ ਕੋਈ ਗੱਲ ਨਹੀਂ ਫੋਨ ਆ ਜੂਗਾ ਕਰ ਦੂਗੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਤੁਸੀਂ ਸਮਝਾਓ ਜਾ ਕੇ ਮਰਿਆ ਨੂੰ ਮੈਂ ਕੀ ਸਮਝਾਵਾਂ ਤੁਸੀਂ ਦੋਵੇਂ ਜੀਆਂ ਸਮਝਾਇਆ ਹੀ ਆ ਦਲਜੀਤ ਪੁੱਤ ਤੁਹਾਡੇ ਸਮਝਾਇਆ ਨਹੀਂ ਉਹ ਸਮਝਿਆ ਅਤੇ ਮੇਰੇ ਸਮਝਾਉਣ ਨਾਲ ਕੀ ਫਰਕ ਪਊਗਾ ਚੱਲ ਕੋਈ ਗੱਲ ਜਿਹੜੀ ਇੱਕ ਵਾਰੀ ਜਾਓ ਸਹੀ ਹੌਂਸਲਾ ਹੁੰਦਾ ਬੰਦੇ ਨੂੰ ਚੱਲ ਕੋਈ ਨਹੀਂ ਜੇ ਤੂੰ ਕਹਿੰਦਾ ਵਾ ਜਿਹੜੇ ਬਿਮਾਰ ਨਾ ਹੋ ਜੇ ਕੱਲ੍ਹ ਦੀ ਰੋਟੀ ਨਹੀਂ ਖਾਧੀ ਉਹਨੇ ਸ਼ਾਮਾਂ ਦੀ ਮੈਂ ਜਾਣਾ ਫਿਰ ਜਾਓ ਕਹੋ ਸਮਝਾਉਣਾ ਉਹਨੂੰ ਮੈਂ ਉਹ ਜੋਬਨ ਪੁੱਤ ਹਾਂਜੀ ਡੇਰ ਜੀ ਇੱਦਾਂ ਕੀਤਾ ਸਰਜੂਗਾ ਮੈਂ ਕੀ ਆਖਿਆ ਦਲਜੀਤ ਮੈਨੂੰ ਕਹਿਣ ਡਿਆ ਵੀ ਇਹਨੇ ਰੋਟੀ ਨਹੀਂ ਖਾਧੀ ਨਾ ਚਾਹ ਪੀਂਦਾ ਵਾ ਚਲੋ ਫਿਕਰ ਸਾਨੂੰ ਵੀ ਹੈਗਾ ਵਾ ਮੰਨਦੇ ਹਾਂ ਅਸੀਂ ਵੀ ਇਹ ਗੱਲ ਅਤੇ ਕੋਈ ਗੱਲ ਨਹੀਂ ਜਾ ਕੇ ਉੱਥੇ ਜੋਤ ਕਰ ਦੂਗੀ ਫੋਨ ਹੌਂਸਲਾ ਤਾਂ ਕਰ ਨਹੀਂ ਮੈਨੂੰ ਪਤਾ ਨਹੀਂ ਕਿਉਂ ਬੜੀ ਟੈਨਸ਼ਨ ਹੋ ਰਹੀ ਆ ਹੁਣ ਪਤਾ ਨਹੀਂ ਵੀ ਗਾਂ ਮੇਰੀ ਕਿਸਮਤ 'ਚ ਕੀ ਲਿਖਿਆ ਵਾ ਧੱਕੇ ਲਿਖੇ ਆ ਕਿ ਜਾਂ ਬਾਹਰ ਜਾਣਾ ਲਿਖਿਆ ਉਹ ਕੋਈ ਨਹੀਂ ਪੁੱਤ ਅਜੇ ਤਾਂ ਉਹ ਪਹੁੰਚੀ ਨਹੀਂ ਉੱਥੇ ਆਪ ਹੀ ਜਾ ਕੇ ਫੋਨ ਕਰ ਦਿੰਦੀ ਹੌਂਸਲਾ ਤਾਂ ਕਰ ਤੂੰ ਉਹ ਟੈਨਸ਼ਨ ਲਿਆ ਕੁਛ ਨਹੀਂ ਹੋਣਾ ਰੋਟੀ ਪਾਣੀ ਤਾਂ ਖਾਓ ਰੋਟੀ ਪਾਣੀ ਖਾ ਲਾ ਕੋਈ ਨਹੀਂ ਕਰ ਦੇਣਾ ਉਹਨੇ ਫੋਨ ਹੋਰ ਘੰਟੇ ਨੂੰ ਪਹੁੰਚ ਜਾਣਾ 5 ਵਜੇ ਪਹੁੰਚ ਜਾਣਾ ਆਜੂਗਾ ਫੋਨ ਫਿਰ ਕੀ ਆ ਮੇਰਾ ਤਾਂ ਇਰਾਦਾ ਹੋਰ ਵਾ ਵਿਚੋਲੇ ਵੱਲੋਂ ਹੋ ਗਿਆ ਵਾ ਉੱਦਾਂ ਹੀ ਉਹਨੂੰ ਮਿਲ ਗਿਲ ਕੇ ਆਉਂਦਾ ਵਾ ਉਹਨੂੰ ਉੱਦਾਂ ਗੱਲਾਂ ਗੱਲਾਂ 'ਚ ਕਹੂੰਗਾ ਵੀ ਭਰਾ ਹੁਣ ਧਿਆਨ ਰੱਖੀ ਧੋਖਾ ਨਾ ਹੋ ਜਾਏ ਸਾਡੇ ਨਾਲ ਚੱਲ ਵੇਖ ਲਾ ਮਰਜ਼ੀ ਆ ਤੇਰੀ ਮੈਂ ਚੱਲ ਮਾੜਾ ਜਿਹਾ ਫੇਰਾ ਮਾਰ ਕੇ ਆਉਂਦਾ ਵਾਂ ਫਿਰ ਵੀ ਜੀਆਂ 'ਚ ਗੱਲ ਕੀਤੀ ਹੁੰਦੀ ਆ ਚੰਗਾ ਹੁੰਦਾ ਵਾ ਇਹੋ ਇਹ ਤਾਂ ਗੱਲ ਹੈ ਅਜੇ ਅਸੀਂ ਤਾਂ ਇਹ ਵੀ ਨਹੀਂ ਅਨੁਮਾਨ ਲਾ ਸਕਦੇ ਵੀ ਠੀਕ ਹੋਊਗਾ ਕਿ ਕੁਛ ਗਲਤ ਹੋਊਗਾ ਅਤੇ ਉਹਨੇ ਤਾਂ ਪੁੱਤ ਇਹੋ ਗੱਲ ਕਹਿਣੀ ਵੀ ਉਹਨੂੰ ਪਹੁੰਚ ਤਾਂ ਲੈਣ ਦਿਉ ਚਲੋ ਉੱਦਾਂ ਗੱਲਾਂ ਗੱਲਾਂ 'ਚ ਮਾੜਾ ਜਿਹਾ ਗੱਲ ਕਰੂੰਗਾ ਚੱਲ ਉਹਦੇ ਡੈਡੀ ਨੂੰ ਫੋਨ ਕਰਦਾ ਰਹੀ ਮਾਰਿਆ ਚੱਕਰ ਫਿਰ ਉਹਦੇ ਦੇਖ ਲੈ ਤੇਰੀ ਮਰਜ਼ੀ ਆ ਜੇ ਦਿਲ ਕਰਦਾ ਨਾ ਮੇਰਾ ਤਾਂ ਮੈਂ ਹੋ ਕੇ ਆਉਣਾ ਉਹਦੇ ਲੋ ਹੈ ਚਲੋ ਮਾਰਿਆ ਚੱਕਰ ਆ ਗਿਆ ਮੈਂ ਯਾਰ ਜੀ ਵਿਚੋਲੇ ਵੱਲ ਜਾ ਕੇ ਕੀ ਕਰੂੰਗਾ ਉਹਨੇ ਕਹਿਣਾ ਕੱਲ੍ਹ ਤਾਂ ਗਈ ਹੈ ਜੀ ਅਤੇ ਹੁਣੇ ਆ ਗਿਆ ਮੇਰੇ ਵੱਲ ਉਹ ਤਾਂ ਤੇਰੇ ਹੁੰਦਿਆਂ ਮੈਂ ਸਮਝਾਉਣ 'ਤੇ ਡਿਆ ਵਾਂ ਵੀ ਕੋਈ ਨਹੀਂ ਉਹਨੂੰ ਪਹੁੰਚ ਲੈਣ ਦੇ ਆਪੇ ਉੱਥੇ ਸਮਾਨ ਸਮੂਹ ਰੱਖ ਕੇ ਤਾਂ ਤੈਨੂੰ ਫੋਨ ਕਰ ਦੂਗੀ ਚੱਲ ਕੋਈ ਗੱਲ ਨਹੀਂ ਆਉਂਦਾ ਨਾ ਰੋਟੀ ਤਾਂ ਖਵਾਈਏ ਉਹਨੂੰ ਬਿਮਾਰ ਹੋਏ ਨਾ ਉਹਨੇ ਸੰਦੀਪ ਨੂੰ ਕਹੀਂ ਵੀ ਜਦੋਂ ਆਉਂਦਾ ਨਾ ਉੱਧਰੋਂ ਅਤੇ ਇਹਨੂੰ ਰੋਟੀ ਪਾ ਕੇ ਤਾਂ ਫੜਾ ਭਲਾ ਖਾਂਦਾ ਕਿ ਨਹੀਂ ਖਾਂਦਾ ਨਹੀਂ ਕੋਈ ਗੱਲ ਨਹੀਂ ਦੋਵੇਂ ਭਰਾ ਇਕੱਠੇ ਬਹਿ ਖਾਵਾਂਗੇ ਆਪਾਂ ਆ ਲੈਂਦੇ ਇੱਕ ਕੜੀ ਨੂੰ ਚੱਲ ਉੱਧਰੋਂ ਹੋ ਕੇ ਆਉਂਦਾ ਨਾ ਹਾਂਜੀ ਅਤੇ ਖਵਾਓ ਉਹਨੂੰ ਰੋਟੀ ਫਿਰ ਚਲੋ ਠੀਕ ਹੈ ਚਲੋ ਰਮਨ ਹਾਂਜੀ ਮੇਰੀ ਗੱਲ ਸੁਣ ਯਾਰ ਜੋਬਨ ਦਾ ਬੜਾ ਮਾੜਾ ਹਾਲ ਵਾ ਕਿਉਂ ਕੀ ਹੋਇਆ ਵਾ ਉਹਦੇ ਰੋਟੀ ਰਾਟੀ ਨਹੀਂ ਖਾਣ ਡਿਆ ਕੱਲ੍ਹ ਦੀ ਜੋਬਨ ਦਾ ਮਾੜਾ ਹਾਲ ਆ ਤਾਂ ਸਾਡਾ ਕਿਹੜਾ ਠੀਕ ਆ ਸਾਡਾ ਵੀ ਤਾਂ ਧਿਆਨ ਉਸੇ ਕੰਮ ਵੱਲ ਵਾ
ਜਿੰਨਾ ਚਿਰ ਫੋਨ ਨਹੀਂ ਨਾ ਆਉਂਦਾ ਉਹਨਾਂ ਚਿਰ ਫਿਕਰ ਤੇ ਸਾਨੂੰ ਵੀ ਆ। ਉਹ ਗੰਡਾਸੇ ਲਾਗੇ ਖਲੋਤਾ ਵਾ। ਮੈਂ ਤਾਂ ਸਵੇਰ ਤੇ ਉਹਦੇ ਮੱਥੇ ਵੀ ਨਹੀਂ ਲੱਗੀ ਵੀ ਜੇ ਮੈਂ ਲਾਗੇ ਗਈ ਮੈਨੂੰ ਤਾਂ ਆਪ ਹੋਰ ਤਰ੍ਹਾਂ ਹੋਣ ਡਿਆ ਵਾ। ਸੰਦੀਪ ਦੱਸਣ ਡਈ ਸੀ ਵੀ ਇੱਥੇ ਪੌੜੀਆਂ 'ਤੇ ਬੈਠਾ ਸੀਗਾ ਅਤੇ ਕਹਿਣ ਡਿਆ ਵੀ ਉਹਦਾ ਫੋਨ ਨਹੀਂ ਗਾ ਆਇਆ। ਹੁਣ ਮੇਰੀ ਗੱਲ ਸੁਣੋ, ਮੈਂ ਤਾਂ ਕੱਲ੍ਹ ਦੀ ਤੁਹਾਡੇ ਨਾਲ ਗੱਲ ਹੀ ਨਹੀਂ ਗੀ ਕੀਤੀ। ਜੇ ਕੁੜੀ ਸਾਡੇ ਲਾਗੇ ਖਲੋਤੀ ਸੀ ਮਾਂ ਪਿਓ ਦਾ ਕੀ ਫਰਜ਼ ਬਣਦਾ ਸੀ ਸਾਡੇ ਲਾਗੋਂ ਪਰੇ ਖੜ ਕੇ ਤਾਂ ਗੱਲਾਂ ਕਰਨ ਦਾ? ਹੁਣ ਉਹਨੂੰ ਕੁਝ ਚੁੱਕਿਆ ਹੀ ਹੋਊਗਾ। ਕੀਪ ਤਾਂ ਕੀ ਕਿਹਾ ਵਾ, ਜੇ ਚੰਗੀ ਸਿੱਖਿਆ ਦੇਣੀ ਹੁੰਦੀ ਫਿਰ ਤਾਂ ਸਾਡੇ ਲਾਗੇ ਦੇਣੀ ਸੀ, ਤਾਂ ਮਾੜੀ ਸਿੱਖਿਆ ਦੇਣ ਵਾਸਤੇ ਪਰਾਂ ਖੜਿਆ। ਰਮਨ ਉਹ ਤਾਂ ਪਹਿਲੇ ਦਿਨ ਤੋਂ ਹੀ ਇੱਦਾਂ ਕਰਨ ਡਏ ਆ। ਪਰ ਇਹ ਚੁਸਤ ਚਲਾਕੀਆਂ ਬਹੁਤਾ ਚਿਰ ਨਹੀਂ ਨਾ ਚੱਲਦੀਆਂ। ਇੰਨੀ ਕੁ ਸ਼ਰਮ ਤਾਂ ਚਾਹੀਦੀ ਆ ਨਾ ਵੀ ਕਿੱਦਾਂ ਔਖੇ ਹੋ ਕੇ ਉਹਨਾਂ ਨੇ ਪੈਸੇ ਦਿੱਤੇ ਆ। ਪਰ ਲੋਕਾਂ ਨੂੰ ਤਾਂ ਇੰਨੀ ਹੈ ਹੀ ਨਹੀਂ ਗੀ। ਮੈਨੂੰ ਤਾਂ ਆਂਢ ਗਵਾਂਢ ਤਾਂ ਆਪਣੀਆਂ ਦਰਾਣੀਆਂ ਜਠਾਣੀਆਂ ਤੋਂ ਸ਼ਰਮ ਆਉਂਦੀ ਆ, ਅਗਲੀਆਂ ਨੇ ਮੂੰਹ ਪਾੜ ਪਾੜ ਕੇ ਗੱਲਾਂ ਕਰਨੀਆਂ ਵਾ। ਉਹ ਤਾਂ ਗੱਲ ਤੇਰੀ ਸਹੀ ਆ, ਵੇਖ ਲਾ ਉਹਦੇ ਪਿਓ ਨੇ ਵੀ ਨਹੀਂ ਫੋਨ ਕੀਤਾ ਨਾ ਭਰਾ ਦਾ ਫੋਨ ਆਇਆ। ਪਿਓ ਦਾ ਤੇ ਭਰਾ ਦਾ ਫੋਨ ਤੇ ਉਦੋਂ ਆਉਣਾ ਸੀ ਜਦੋਂ ਪੈਸਿਆਂ ਦੀ ਲੋੜ ਸੀ, ਉਦੋਂ ਦਿਨ ਚੜ੍ਹਦੇ ਨਾਲ ਫੋਨ ਆ ਜਾਂਦਾ ਹੁੰਦਾ ਸੀ, ਇੰਨੇ ਲੱਖ ਚਾਹੀਦੇ ਆ ਪਾ ਦਿਓ ਅਕਾਊਂਟ 'ਚ, ਜਾਣ ਕੇ ਲੈ ਜਾਈਏ। ਹੁਣ ਫੋਨ ਕੀ ਕਰਨ ਨੂੰ ਆਉਣਾ ਵਾ, ਕੁੜੀ ਉਹਨਾਂ ਦੀ ਟਿਕਾਣੇ ਪਹੁੰਚ ਗਈ ਆ। ਹੁਣ ਰਮਨ ਉਹਨੂੰ ਰੋਟੀ ਤੇ ਖਵਾਓ। ਰੋਟੀ ਤਾਂ ਮੈਂ ਖਵਾਲਦੀ ਹਾਂ, ਹੈ ਕਿੱਥੇ ਆ ਉਹ? ਓਏ ਉਹ ਵਿਚੋਲੇ ਵੱਲ ਗਿਆ ਈ ਓ। ਲੈ ਦੱਸ ਉਹ ਸ਼ਦਾਈ ਹੋ ਗਿਆ ਵਾ, ਵਿਚੋਲੇ ਵੱਲ ਕਿਉਂ ਗਿਆ ਵਾ? ਦੋ ਚਾਰ ਦਿਨ ਵੇਂਦੇ ਤਾਂ ਸਹੀ, ਉਹ ਵੀ ਕਹੂਗਾ ਵੀ ਇੱਥੇ ਗਈ ਨੂੰ ਕਿਹੜੇ ਦਿਨ ਹੋ ਗਏ ਆ ਅਤੇ ਮੇਰੇ ਵੱਲ ਆ ਵੀ ਗਿਆ ਵਾ। ਮੈਂ ਉਹਨੂੰ ਸਮਝਾਇਆ ਸੀ, ਉਹ ਕਹਿੰਦਾ ਨਹੀਂ ਡੈਡੀ ਇੱਕ ਵਾਰੀ ਮੈਨੂੰ ਗੱਲ ਕਰਾਉਣ ਦਿਓ। ਚੱਲ ਗੱਲ ਕੀਤੀ ਚੰਗੀ ਹੁੰਦੀ ਆ। ਚੰਗੀ ਤਾਂ ਹੁੰਦੀ ਆ, ਪਰ ਅਗਲੇ ਕੀ ਸੋਚਣਗੇ? ਉਹ ਚੱਲ ਰਮਨ ਉਹ ਕਿਹੜਾ ਨਿਆਣਾ ਵਾ, ਹਿਸਾਬ ਨਾਲ ਹੀ ਗੱਲ ਕਰਨੀ ਉੱਥੇ ਜਾ ਕੇ ਉਹਨੇ। ਚੱਲ ਆਉਂਦਾ ਨਾ ਅਤੇ ਉਹਨੂੰ ਰੋਟੀ ਪਾਣੀ ਤਾਂ ਖਵਾਓ। ਕੋਈ ਨਹੀਂ, ਰੋਟੀ ਪਾਣੀ ਤਾਂ ਮੈਂ ਖਵਾ ਲਈ ਦਊਂਗੀ। ਦੱਸ ਬਾਹਰੋਂ ਬਾਹਰ ਹੀ ਚੱਲ ਗਿਆ ਉਹਦੇ ਵੱਲ, ਗੱਲ ਤਾਂ ਕਰਦਾ ਇੱਕ ਵਾਰ ਵੀ ਮੰਮੀ ਜਾਵਾਂ ਕਿ ਨਾ ਜਾਵਾਂ। ਮੈਂ ਅਜੇ ਜਾਣ ਨਹੀਂ ਸੀ ਦੇਣਾ, ਦੋ ਚਾਰ ਦਿਨ ਵੇਂਦੇ। ਕੀ ਤਾਂ ਫੋਨ ਕਰ ਹੀ ਦਿੰਦੀ, ਜੇ ਫੋਨ ਕਰ ਦਿੰਦੀ ਕੀ ਲੋੜ ਸੀ ਤਰਲੇ ਲੈਣ ਦੀ? ਪਰ ਨਾ ਫਿਕਰ ਤਾਂ ਇਸੇ ਗੱਲ ਦਾ ਵਾ ਵੀ ਜਿਹੜਾ ਉਹਦਾ ਪਿਓ ਆ ਨਾ ਉਹ ਅੰਤਰਾ ਜਿਹਾ ਵਾ, ਉਹ ਗੱਲਾਂ ਚੰਗੀਆਂ ਨਹੀਂ ਕਰਦਾ। ਚੱਲ ਕੋਈ ਨਹੀਂ, ਰੱਬ ਰਾਖਾ, ਹੁਣ ਜੋ ਹੋਊ ਵਧੀਆ ਹੀ ਹੋਊ। ਅਸੀਂ ਤਾਂ ਪੈਸੇ ਦੇ ਤੇ ਆ ਅਤੇ ਜੇ ਸਾਡੇ ਨਾਲ ਬੇਈਮਾਨੀ ਕਰਨਗੇ ਢਿੱਡ 'ਚੋਂ ਸੀਸਾਂ ਥੋੜ੍ਹਾ ਨਿਕਲਣੀਆਂ ਵਾ, ਬਦਵਾਈਆਂ ਹੀ ਨਿਕਲਣੀਆਂ ਵਾ ਫਿਰ। ਫੋਨ ਕਿਹਦਾ ਆ ਗਿਆ ਬਾਹਰੋਂ? ਹੈਲੋ, ਸਤਿ ਸ਼੍ਰੀ ਅਕਾਲ ਜੋਤ, ਪਹੁੰਚ ਗਏ ਟਾਈਮ ਨਾਲ ਹੀ? ਜਿਹੜੀ ਗੱਲ ਮੈਂ ਸਮਝਾਈ ਉਹ ਖਿਆਲ ਚ ਹੀ ਆ ਨਾ? ਆਹੋ, ਹੁਣ ਜਾ ਕੇ ਤੇ ਸੋਚਣਾ ਵਾ। ਉਹ ਮੈਂ ਜੋਤ ਇੱਕ ਗੱਲ ਹੋਰ ਕਰਨੀ, ਜੋਬਨ ਹੁਣਾਂ ਦਾ ਆਇਆ ਫੋਨ? ਵੀਜੀ ਫੋਨ ਇੱਕ ਤੇ ਦੋ, ਇੰਨੀਆਂ ਮਿਸ ਕਾਲ ਆਈਆਂ ਵਾ ਨਾ, ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਫੋਨ ਚੁੱਕਾਂ ਕਿ ਕੀ ਕਰਾਂ। ਉਹਨਾਂ ਨੇ ਇਹੋ ਹੁਣਾਂ ਹੀ ਪੈਸੇ ਲਾਏ ਆ, ਪਤਾ ਨਹੀਂ ਵੀ ਉੱਥੇ ਜਾ ਕੇ ਫੋਨ ਕਰਨਾ ਵਾ ਕਿ ਨਹੀਂ ਕਰਨਾ ਇਹਨੇ। ਹਾਂਜੀ, ਤੇ ਤੂੰ ਨਾ ਇਦਾਂ ਕਰ, ਇਹਨਾਂ ਦੇ ਜਿੰਨੇ ਵੀ ਨੰਬਰ ਹੈਗੇ ਆ ਨਾ ਸਾਰੇ ਬਲੌਕ ਕਰ ਦੇ। ਚਲੋ ਠੀਕ ਹੈ ਵੀਜੀ। ਆਹੋ, ਇਹਨਾਂ ਨਹੀਂ ਹਟਣਾ ਉਹਨਾਂ ਚਿਰ। ਕਰ ਲਾ ਤੂੰ ਰੈਸਟ ਤੇ ਬਾਅਦ ਚ ਕਰੀ ਫਿਰ। ਹੈ ਚੱਲ ਠੀਕ ਹੈ। ਚੱਲ ਆਹ ਵੀ ਵਧੀਆ ਹੋ ਗਿਆ ਵਾ, ਕੁੜੀ ਹੁਣ ਟਿਕਾਣੇ ਲੱਗ ਗਈ। ਚੱਲ ਇਹ ਸਾਡਾ ਵੀ ਸਰ ਜੂਗਾ, ਕੋਈ ਗੱਲ ਨੀ, ਮਾਰਦੇ ਰਹੋ ਹਮੇਸ਼ਾ ਤੁਸੀਂ।